ਸਤਿ ਸ਼੍ਰੀ ਅਕਾਲ ਸਾਥੀਓ, ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ। ਸਾਥੀਓ, ਆ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ ਕਿ ਜਿਹਦੇ ਵਿੱਚ ਪੰਜਾਬੀ ਡਰਾਈਵਰ ਕੁਛ ਪੰਜਾਬ ਤੋਂ ਬਾਹਰ ਸਟੇਟਾਂ ਦੇ ਵਿੱਚ ਜਿਹੜੇ ਗੁਰਦੁਆਰੇ ਗੁਰੂ ਘਰ ਬਣੇ ਆ, ਕਈ ਵਾਰ ਉਹਨਾਂ ਦੇ ਵਿੱਚ ਰਾਤ ਕੱਟਣ ਲਈ ਉਹ ਪੈ ਜਾਂਦੇ ਆਪਾਂ ਨੂੰ ਪਤਾ ਹੈ ਨਾ। ਅਤੇ ਇਹ ਕੋਈ ਕੜੰਮ ਚੌਧਰੀ ਜਿਹਦੇ ਹੱਥ ਦੇ ਵਿੱਚ ਸੋਟੀ ਫੜੀ ਹੋਈ ਆ, ਇਹ ਉਹਨਾਂ ਦਾ ਸਮਾਨ ਚੱਕ ਚੱਕ ਕੇ ਬਾਹਰ ਕੱਢ ਰਿਹਾ ਨਾ। ਡਰਾਈਵਰ ਵੀਰ ਵਾਰ ਵਾਰ ਕਹਿ ਰਿਹਾ ਵੀ ਬਾਬਾ ਜੀ ਸਾਡੀ ਗਲਤੀ ਦੱਸੋ ਵੀ ਕੀ ਆ ਨਾ, ਵੀ ਕਿਉਂ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਦਾ ਬਿਹੇਵ ਕਰੀ ਜਾਂਦੇ ਨਾ। ਪਰ ਉਹ ਇੱਕ ਹੀ ਗੱਲ 'ਤੇ ਅੜਿਆ ਵੀ ਉਹ ਵੇਖੋ ਤੁਸੀਂ ਆਹ ਦੇਖੋ, ਚੱਕ ਚੱਕ ਕੇ ਸਮਾਨ ਬਾਹਰ ਸਿੱਟੀ ਜਾਂਦਾ ਪਤੰਦਰ, ਸੋਟੀ ਫੜੀ ਹੱਥ ਦੇ ਵਿੱਚ ਵੀ ਮੈਂ ਜਿਵੇਂ ਹੁਣੇ ਮਾਰੂੰਗਾ ਨਾ। ਵੀ ਦੇਖੋ, ਅਸੀਂ ਹੁਣ ਮੈਂ ਇਸ ਧਰਮ ਨੂੰ ਨਹੀਂ ਮਾੜਾ ਕਹਿ ਰਿਹਾ ਹੈਗਾ, ਮੈਂ ਤਾਂ ਆਪ ਸਿੱਖ ਹਾਂ ਯਾਰ, ਪਤਾ ਨਹੀਂ ਕਿਉਂ ਜੇ ਅਸੀਂ ਜਿਹੜੇ ਜੇ ਹੁਣ ਆਪਾਂ ਆਪਦੇ ਘਰ 'ਚ ਰਹਿੰਦੇ ਹਾਂ, ਅਸੀਂ ਸਿੱਖਾਂ ਤਾਂ ਸਿੱਖਾਂ ਬਾਰੇ ਕਹਾਂਗੇ ਨਾ ਅਸੀਂ, ਉਹ ਜਿਹੜੇ ਘਰ 'ਚ ਰਹਿੰਦਾ ਬੰਦਾ ਉਹਦੇ ਵਿੱਚ ਹੀ ਚਾਹੁੰਦਾ ਹੁੰਦਾ ਕਿ ਸੁਧਾਰ ਹੋਵੇ। ਸਾਡੇ 'ਤੇ ਇਲਜ਼ਾਮ ਵੀ ਤੁਸੀਂ ਸਿੱਖ ਵਿਰੋਧੀ ਹਾਂ, ਉਹ ਭਰਾਵੋ ਜਿੰਨਾ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ, ਸ਼ਾਇਦ ਉਹ ਨਹੀਂ ਕਰਦੇ ਹੋਣਗੇ ਜਿਹੜੇ ਅਖੌਤੀ ਸਿੱਖ ਬਣੇ ਫਿਰਦੇ, ਨਕਲੀ ਜਾਂ ਸ੍ਰੀ ਸਾਹਿਬ ਪਾਈ ਫਿਰਦੇ ਆ। ਸੋ ਗੱਲ ਇਹ ਆ ਵੀ ਇਹਨਾਂ ਨੂੰ ਤੁਸੀਂ ਦੇਖੋ ਵੀ ਕਿਵੇਂ ਮਿਸਬਿਹੇਵ ਕੀਤਾ ਜਾ ਰਿਹਾ ਨਾ। ਹੁਣ ਵੀ ਆਪਾਂ ਨੂੰ ਪਤਾ ਹੀ ਆ ਵੀ ਆਸਰਾ ਤਾਂ ਬੰਦਾ ਕੋਈ ਕਿਤੇ ਲਊਗਾ ਹੀ, ਕਿੱਥੇ ਲੈਣਾ ਆਪਾਂ ਆਸਰਾ? ਗੁਰੂ ਘਰ 'ਚ। ਪਿੱਛੇ ਜੇ ਮੈਂ ਪਟਿਆਲੇ ਗਿਆ ਸੀਗਾ ਪੇਪਰ ਦੇਣ, ਉੱਥੇ ਪਤੰਦਰਾਂ ਨੇ ਉਹਨਾਂ ਨੇ ਸਾਨੂੰ ਉਹ ਨਹੀਂ ਦਿੱਤਾ, ਕਮਰਾ ਨਹੀਂ ਦਿੱਤਾ ਗਾ, ਫਿਰ ਅਸੀਂ ਤਾਂ ਚਲੋ ਨਾਰਾਜ਼ ਹੋ ਕੇ ਆ ਗਏ ਹੈ ਨਾ। ਅਤੇ ਹੋਰ ਜਿਹੜੇ ਵੈਲ ਪਰਸਨੈਲਟਡ ਬੰਦੇ ਸੀ ਉਹਨਾਂ ਨੂੰ ਦੇ ਰਹੇ ਸੀ ਕਮਰੇ ਉਹ ਸਾਡੇ ਸਾਹਮਣੇ। ਅਤੇ ਮਤਲਬ ਇੱਕ ਗੁਰੂ ਘਰ ਦੇ ਸੇਵਾਦਾਰ ਹੋਣਾ ਹੈ ਨਾ, ਅਤੇ ਇੱਕ ਗੁਰੂ ਘਰ ਨੂੰ ਗੁਰੂ ਘਰ ਦਾ ਮਾਲਕ ਬਣਨਾ, ਇਹਦੇ ਵਿੱਚ ਫਰਕ ਆ। ਇਹ ਲੋਕ ਨਾ ਜਿਹੜੇ ਕੜੰਮ ਚੌਧਰੀ ਆ, ਇਹ ਮਾਲਕ ਬਣ ਜਾਂਦੇ ਆ ਗੁਰੂ ਘਰਾਂ ਦੇ। ਸੋ ਧਰਮ ਦਾ ਇੱਕ ਬਹੁਤ ਸੌਫਟ ਜੀ ਆਪਾਂ ਕਹਿ ਦਈਏ ਨਾ, ਸੌਫਟ ਜੀ ਇੱਕ ਚੀਜ਼ ਆ ਨਾ, ਵੀ ਉੱਚੀ ਨਹੀਂ ਬੋਲਣਾ, ਪਿਆਰ ਨਾਲ ਗੱਲ ਕਰਨੀ, ਅਤੇ ਸਿੱਖ ਧਰਮ ਦੇ ਵਿੱਚ ਵਾਹਿਗੁਰੂ ਕਹਿ ਕੇ ਗੱਲ ਕਰਨਾ, ਵਾਹਿਗੁਰੂ ਜੀ ਹੈ ਨਾ, ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ, ਮੈਨੂੰ ਲੱਗਦਾ ਹੈ ਪਰਸਨਲੀ। ਬਾਕੀ ਤੁਹਾਡੇ ਕੀ ਵਿਚਾਰ ਹੈ ਇਸ ਵੀਡੀਓ ਬਾਰੇ, ਤੁਸੀਂ ਵੀਡੀਓ ਪੂਰੀ ਦੇਖ ਕੇ ਦੱਸ ਦੇਣਾ ਹੈ ਨਾ। ਅਤੇ ਹੋ ਸਕਦਾ ਵੀ ਇਹਦੀ ਸੱਚਾਈ ਕੋਈ ਹੋਰ ਵੀ ਹੋਵੇ, ਪਰ ਮੈਨੂੰ ਲੱਗ ਨਹੀਂ ਰਿਹਾ ਵੀ ਕੋਈ ਹੋਰ ਸੱਚਾਈ ਹੋਵੇ, ਕਿਉਂਕਿ ਤੁਸੀਂ ਉਹਦਾ ਬਿਹੇਵ ਦੇਖੋ ਨਾ ਕਿੱਦਾਂ ਦਾ, ਵੀ ਜਾਂ ਤਾਂ ਉਹਨਾਂ ਦੀ ਗਲਤੀ ਦੱਸਦੇ ਵਿਚਾਰਿਆਂ ਦੀ ਕੀ ਹੈ ਯਾਰ। ਇੱਕ ਤਾਂ ਉਹ ਅੱਕਿਆ ਥੱਕਿਆ ਬੰਦਾ, ਪਤਾ ਨਹੀਂ 4-5 ਰਾਤਾਂ ਦਾ ਨੀਂਦਰਾ ਹੁੰਦਾ ਉਹਨਾਂ ਨੂੰ, ਅੱਕੇ ਥੱਕੇ ਉਹ ਵਿਚਾਰੇ। ਚਲੋ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਅਤੇ ਜ਼ਰੂਰ ਲਿਖਣਾ ਹੈ ਨਾ, ਜੇ ਕਿਸੇ ਨੂੰ ਇਸ ਮਸਲੇ ਦਾ ਪਤਾ ਤਾਂ। ਪਰ ਇਹ ਗਲਤ ਗੱਲ ਆ, ਚਾਹੇ ਉਹਨਾਂ ਦੀ ਗਲਤੀ ਵੀ ਆ ਤਾਂ ਇਸ ਤਰ੍ਹਾਂ ਸਮਾਨ ਕੱਢ ਕੱਢ ਕੇ ਬਾਹਰ ਨਹੀਂ ਸਿੱਟਣਾ ਚਾਹੀਦਾ ਗਾ। ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ ਜੈ ਭਾਈ। ਆ ਕਿੱਦਾਂ ਡਿਆ ਜੀ, ਵੇਖੋ ਸਾਡਾ ਸਮਾਨ ਬਾਹਰ ਕੱਢਿਆ, ਵੇਖੋ ਅਸੀਂ ਪੰਜਾਬ ਤੋਂ ਡਰਾਈਵਰ ਅੱਗੇ ਦੁਖੀ, ਸਾਨੂੰ ਹੋਰ ਦੁਖੀ ਕਰਨ ਦਿਆ ਬਣਿਆ ਕੜੰਮ ਚੌਧਰੀ ਹੈ ਇੱਧਰ ਦਾ। ਆ ਵੇਖੋ ਜੀ, ਇੱਧਰ ਵੇਖੋ, ਇੱਧਰ ਵੇਖੋ ਜੀ, ਆ ਬਾਬਾ ਜੀ ਵੇਖੋ, ਕੜੰਮ ਚੌਧਰੀ ਪੰਜਾਬੀਆਂ ਨੂੰ ਕਿੱਦਾਂ ਪਰੇਸ਼ਾਨ ਕਰਨ ਦਿਆ, ਇਹ ਘਰੋਂ ਬਾਹਰੋਂ ਕੱਢੇ ਹੁੰਦੇ ਇਹੋ ਜਿਹੇ। ਘੰਟਾ ਯਾਰ, ਜਦੋਂ ਤੈਨੂੰ ਕਹਿਤਾ ਬਾਬਾ ਜੀ ਚੱਲਣਾ ਚੱਲਣਾ, ਤੂੰ ਨੇ ਤੜਕੇ ਲਾਣ ਕੇ ਜਾਣ ਖਾਣ ਦਿਆ, ਹੈ ਪੁਲਿਸ ਨੇ ਬੰਦ ਕੀਤਾ। ਮੈਂ ਨਾ ਚੰਗਾ ਬੰਦਾ ਯਾਰ, ਤੂੰ ਅਸੀਂ ਸਗੋਂ ਕਹਿੰਦਾ ਕੋਈ ਨੀ ਕੋਈ ਨੀਂ, ਇੱਥੇ ਯਾਰ ਤਾਈਓ ਭੈਣ ਚੋ ਮੰਨਦਾ ਆ, ਉਹ ਗੁਰਦੁਆਰੇ ਤਾਈਓ ਨੀ ਕੋਈ ਵੜ ਕੇ ਖੁਸ਼, ਤੈਨੂੰ ਸਹੀ ਦੱਸਾਂ ਦੇ ਭਾਡਾ ਕਰਕੇ ਲੋਕਾਂ ਕਰਕੇ ਔਰ ਫਿੜੇ ਮੂੰਹ ਇਹੋ ਜਿਹਾ ਦਾ। ਗੁਰਦੁਆਰਾ ਸਾਰੇ ਡਰਾਈਵਰਾਂ ਨੇ ਇੱਥੇ ਆਉਂਦੇ ਰਹੇ, ਪਹਿਲਾਂ ਵੀ ਅੱਜ ਦੇ ਆਉਣੇ ਸੀ ਇੱਥੇ, ਨਹੀਂ ਅਸੀਂ ਅੱਜ ਦੇ ਆਉਣੇ, ਅਸਲਾ ਸਾਲਾ ਹੀ ਲੈ ਕੇ ਆਉਣੇ, ਫੇਰ ਉਹ ਬਣਾਸ ਲੈ ਜਾ, ਤੂੰ ਕਿਤਾ ਕਿਸੇ ਨਸਲ ਦੀਆਂ ਗੱਲਾਂ ਕਰਦੇ, ਤੂੰ ਸਮਝ ਅਸਲਾ ਵਾਰ ਵਾਰ, ਤੂੰ ਸਾਡੇ ਪਾਸਲਾ ਵੇਖਿਆ, ਤੂੰ ਕੋਈ ਨੀ ਆ ਜੋ ਮੈਂ ਵਾਰ ਵਾਰ ਕਹੀ ਨਾ, ਖਾਲੀ ਕਰ ਦੋ ਵੀਰੋ, ਖਾਲੀ ਕਰ ਦੋ, ਗੱਲ ਨੀ ਆ।